ਇਹ ਹੈ ਵਿਸ਼ੇਸ਼ਤਾ ਹੀ ਸਾਡੇ ਸਕੱਤਰ ਸਾਹਿਬ ਦੀ ਪੁੱਤਾਂ ਵਾਂਗੂ ਪਿਆਰ ਆਪਣੇ ਕੰਮ ਕਰਨ ਵਾਲੇ ਕਰਿੰਦਿਆਂ ਦਾ ਜਿਹੜੇ ਕੰਮ ਨਹੀਂ ਕਰਦੇ ਉਹਨਾਂ ਨੂੰ ਫਿਰ ਇਹ ਚੰਗੀ ਤਰ੍ਹਾਂ ਜੀ ਐਂ ਵੀ ਨਹੀਂ ਕਹਿੰਦੇ ਅਤੇ ਥਾਪੜੇ ਵੀ ਨਹੀਂ ਦਿੰਦੇ ਗਰਾਊਂਡ ਦੇ ਵਿੱਚ ਸਾਰੀ ਸੰਗਤ ਦੇ ਸਾਹਮਣੇ ਕੰਮ ਦਾ ਹੀ ਉਹ ਕਹਿੰਦੇ ਕੰਮ ਪਿਆਰਾ ਚੰਮ ਨਹੀਂ ਪਿਆਰਾ ਮੈਨੂੰ ਕੰਮ ਪਿਆਰਾ ਮਹਾਂਵੀਰ ਸਿੰਘ ਸਰਪੰਚ ਸਾਹਿਬ ਵੀ ਪਹੁੰਚ ਗਏ ਨੇ ਵਿਸ਼ੇਸ਼ ਤੌਰ 'ਤੇ ਸਵਾਗਤ ਹੈ ਪੰਜਾਬ ਪੁਲਿਸ ਦੇ ਕਰਮਚਾਰੀ ਜਿਹੜੇ ਹੁਣ ਡਿਊਟੀ ਹਨ ਉਹਨਾਂ ਨੂੰ ਬੇਨਤੀ ਹੈ ਕਿ ਆਓ ਜੀ ਆ ਪਵਾ ਦਿਓ ਫਿਰ ਕਿਹੜੇ ਵੇਲੇ ਪਾਉਣਾ ਜੀ ਲਓ ਜੀ ਸਰਦਾਰ ਪ੍ਰਗਟ ਸਿੰਘ ਜੀ ਬੰਗਾਲੀਪੁਰ ਮਾਝਾ ਜ਼ੋਨ ਦੇ ਪ੍ਰਧਾਨ ਸਾਹਿਬ ਕੁਲਦੀਪ ਸਿੰਘ ਜੀ ਕੁਹਾੜਕਾ ਜਗਚਾਨਣ ਸਿੰਘ ਜੀ ਕੌਂਸਲਰ ਸਾਹਿਬ ਗੁਰਪ੍ਰੀਤ ਸਿੰਘ ਜੀ ਸਾਂਗੜਾ ਅਤੇ ਸੁਖਦੇਵ ਸਿੰਘ ਜੀ ਸਾਂਗੜਾ ਸਾਹਿਬ ਹਾਂ ਇੱਕ ਮਿੰਟ ਲਓ ਜੀ ਇਹ ਕੈਂਠਾ ਜੀ ਬਾਬੇ ਮੱਘੇ ਵਾਸਤੇ ਬਾਬਾ ਮੱਘਾ ਜੀ ਤੁਸੀਂ ਬੜੇ ਕੈਂਠੇ ਪਵਾਏ ਨੇ ਲੋਕਾਂ ਨੂੰ ਖਿਡਾਰੀਆਂ ਨੂੰ ਬਰਿੰਦਰ ਸਿੰਘ ਜੀ ਕਾਲਾ ਉਹਨਾਂ ਨੂੰ ਵੀ ਬੇਨਤੀ ਹੈ ਕਿ ਆ ਜਾਓ ਚੀਮਾ ਸਾਹਿਬ ਹੈ ਜਸਪਾਲ ਸਿੰਘ ਜੀ ਮੈਨੇਜਰ ਬੀਡ ਸਾਹਿਬ ਨੂੰ ਬੇਨਤੀ ਹੈ ਕਿ ਮੈਦਾਨ ਦੇ ਵਿੱਚ ਆਉਣ ਜਸਪਾਲ ਸਿੰਘ ਜੀ ਮੈਨੇਜਰ ਸਾਹਿਬ ਨੂੰ ਬੇਨਤੀ ਹੈ ਸਕੱਤਰ ਸਾਹਿਬ ਕਹਿੰਦੇ ਨੇ ਕੋਟੜ ਸਾਹਿਬ ਮੈਨੇਜਰ ਸਾਹਿਬ ਨੂੰ ਬੁਲਾਓ ਜਸਪਾਲ ਸਿੰਘ ਜੀ ਮੈਨੇਜਰ ਬੀਡ ਬਾਬਾ ਬੁੱਢਾ ਸਾਹਿਬ ਬਾਬਾ ਸੋਹਣ ਜੀ ਕਾਰ ਸੇਵਾ ਵਾਲਿਆਂ ਨੂੰ ਬੇਨਤੀ ਹੈ ਕਿ ਉਹ ਵੀ ਮੈਦਾਨ ਦੇ ਵਿੱਚ ਆਉਣ ਕਾਰ ਸੇਵਾ ਵਾਲੇ ਸਰਦਾਰ ਗੁਰਚਰਨ ਸਿੰਘ ਜੀ ਕੁਹਾਲਾ ਸਾਹਿਬ ਨੂੰ ਬੇਨਤੀ ਹੈ ਕਿ ਮੈਦਾਨ ਦੇ ਵਿੱਚ ਆਉਣ ਅੱਜ ਚੀਮਾ ਸਾਹਿਬ ਇਹ ਬਾਬਾ ਕੁਲਵੰਤ ਸਿੰਘ ਜੀ ਮੱਘੇ ਨੂੰ ਸੰਗਤ ਆਈ ਹੈ ਕੈਂਠਾ ਲੈ ਕੇ ਕਿਉਂਕਿ ਬਹੁਤ ਵੱਡੀ ਸੇਵਾ ਹੈ ਕਬੱਡੀ ਦਾ ਬੇਤਾਜ ਬਾਦਸ਼ਾਹ ਕੁਲਵੰਤ ਸਿੰਘ ਬਾਬਾ ਮੱਘਾ ਪ੍ਰਗਟ ਸਿੰਘ ਜੀ ਬੰਗਾਲੀਪੁਰ ਵਾਹ ਜੀ ਇਹ ਹੈ ਜੀ ਬਾਬਾ ਦੀਪ ਸਿੰਘ ਸ਼ਹੀਦ ਬਲਪੁਰੀਆਂ ਉਧਰ ਸਕੱਤਰ ਸਾਹਿਬ ਨਾਲ ਹੋਵੋ ਜੀ ਮੈਨੇਜਰ ਸਾਹਿਬ ਪਲੀਜ਼ ਆਇਓ ਚਲੋ ਕੋਈ ਨਹੀਂ ਫਿਰ ਫੇਸ ਉਧਰ ਕਰਾ ਦਿਓ ਜੀ ਮੀਡੀਆ ਦਾ ਜ਼ਮਾਨਾ ਅੱਜ ਕੱਲ੍ਹ ਜੀ ਮੀਡੀਆ ਦਾ ਜ਼ਮਾਨਾ ਤੂੰ ਜਿੱਧਰ ਨੂੰ ਮਰਜ਼ੀ ਕਰਾ ਉੱਠਾ ਸਿੱਧਾ ਜਿੱਧਰ ਮਰਜ਼ੀ ਕਰਾ ਹਾਂ ਜਿਉਂਦਾ ਰਹੇ ਸਤਿਕਾਰਯੋਗ ਸਰਦਾਰ ਮੁਖਤਿਆਰ ਸਿੰਘ ਜੀ ਚੀਮਾ ਚੀਫ ਸ਼੍ਰੋਮਣੀ ਕਮੇਟੀ ਦੇ ਅਸੀਂ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ ਔਰ ਸਾਡੇ ਬਾਬਾ ਜੀ ਬਾਬਾ ਸੋਹਣ ਸਿੰਘ ਜੀ ਕਾਰ ਸੇਵਾ ਵਾਲੇ ਇਮਾਰਤਾਂ ਨੂੰ ਰੰਗ ਰੋਗਨ ਗੇਟ ਦੀਆਂ ਉਸਾਰੀਆਂ ਔਰ ਸੰਗਤ ਦਾ ਸਹਿਯੋਗ ਇਹ ਪਿਆਰ ਪ੍ਰਗਟ ਸਿੰਘ ਜੀ ਬੰਗਾਲੀਪੁਰ ਮਾਝਾ ਜ਼ੋਨ ਦੇ ਪ੍ਰਧਾਨ ਜਗਚਾਨਣ ਸਿੰਘ ਕੌਂਸਲਰ ਕੁਲਦੀਪ ਸਿੰਘ ਜੀ ਕੁਹਾੜਕਾ ਗੁਰਪ੍ਰੀਤ ਸਿੰਘ ਸਾਂਗੜਾ ਸੁਖ ਸਾਂਗੜਾ ਇਹ ਮਾਣ ਦਿੱਤਾ ਜਾ ਰਿਹਾ ਬਾਬਾ ਕੁਲਵੰਤ ਸਿੰਘ ਜੀ ਮੱਘੇ ਨੂੰ ਖੇਡ ਕਬੱਡੀ ਦੇ ਨਾਲ ਨਾਲ 22 ਤਰੀਕ ਦਾ ਸੱਦਾ ਹੈ ਮਾਤਾ ਕਰਮਜੀਤ ਕੌਰ ਕੰਮੋ ਪਹਿਲਵਾਨਾਂ ਦੀ ਮਾਤਾ ਜਿਹੜੇ ਪੁੱਤਾਂ ਵਾਂਗੂ ਪਾਲਦੇ ਨੇ ਖਿਡਾਰੀਆਂ ਨੂੰ ਆ ਜਿੰਨੇ ਵੀ ਖਿਡਾਰੀ ਨੇ ਇੱਥੇ ਮੈਂ ਕਹਿੰਦਾ ਕੋਈ ਖਿਡਾਰੀ ਐਸਾ ਨਹੀਂ ਬਹੁਤ ਬਹੁਤ ਧੰਨਵਾਦ ਜੀ ਸਾਰੀ ਸੰਗਤ ਦਾ ਸਾਕੇਵਲ ਸਿੰਘ ਜੀ ਬਹੁਤ ਮਿਹਰਬਾਨੀ ਜਾਂ ਬਲਵਿੰਦਰ ਸਿੰਘ ਜੀ ਕਾਲੇ ਦਾ ਵੀ ਬਹੁਤ ਸਾਰਾ ਧੰਨਵਾਦ ਮਿਹਰਬਾਨੀ ਬਾਬਾ ਜੀ ਹੁਣ ਮੈਚ ਸ਼ੁਰੂ ਕਰਾਈਏ ਜਕਾਰਾ ਛੱਡੀਏ ਸ੍ਰੀ ਅਕਾਲ ਲਓ ਜੀ ਹੁਣ ਪੰਜਾਬ ਦੀ ਮਾਂ ਖੇਡ ਕਬੱਡੀ ਦਾ ਮੁਕਾਬਲਾ ਇੱਧਰ ਸਾਹਮਣੇ ਬਲਪੁਰੀਆਂ ਦੀ ਟੀਮ ਦੇ ਵਿੱਚ ਬਹੁਤ ਬਹੁਤ ਵਧੀਆ ਖਿਡਾਰੀ ਕਹਿੰਦਾ ਡੇਰੇ ਵਾਲਾ ਬਾਬਾ ਨਿਰਮਲ ਸਿੰਘ ਜੀ ਨਿਸ਼ਾਰਾ ਢਾਲਾ ਗਰੀਬ ਬੱਚਿਆਂ ਦੀਆਂ ਸ਼ਾਦੀਆਂ ਕਬੱਡੀ ਕੱਪ ਹਰ ਸਾਲ ਕਾਕਾ ਤੂੰ ਦੌੜ ਲਾ ਲਾ ਜਾ ਕੇ ਚੱਲ ਸ਼ਾਬਾਸ਼ ਹਾਂਜੀ ਸਰ ਸਾਰੀ ਸੰਗਤ ਨੂੰ ਬੇਨਤੀ ਹੈ ਗਰਾਊਂਡ ਖਾਲੀ ਕਰ ਦਿਓ ਸਕੱਤਰ ਸਾਹਿਬ ਵੱਲੋਂ ਢਿੱਲੋਂ ਸਾਹਿਬ ਵੱਲੋਂ ਬੇਨਤੀ ਹੈ ਵੀ ਹੁਣ ਸੰਗਤ ਨੂੰ ਅਸੀਂ ਕਬੱਡੀ ਵਿਖਾਉਣੀ ਹੈ ਗੁਰਦਾਸਪੁਰ ਦੀ ਧਰਤੀ ਤੇ ਜੋਗਿੰਦਰ ਭਿੱਡਾ ਕਬੱਡੀ ਖੇਡਿਆ ਬਹੁਤ ਵੰਗਾਰ ਕੇ ਕਬੱਡੀ ਖੇਡਿਆ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਕਬੱਡੀ ਕੋਚ ਭਰਤੀ ਹੋ ਗਿਆ
माण है सानू कोटले नवाब दिया गलों ने गुरदासपुर जिले दिया गलों आज बड़ी खुशी हुई है मैनू जोगिंदर भिडे दे लगते जिगर के दर्शन करने का माण मैनू हासिल होया है किंदा डेरे वाला मेरी आवाज़ सुनता होवे इधर आवे मेरे कोल नू दो कदम चल के कहिंदे आ तेरे बाप नू कबड्डी खिडाई हरजिंदर सिंह जी पूरा ढोली बस भाई बस बस हुण बैठ जाओ हुण सानू थोड़ा जिहा कबड्डी वाल नू एकागर चित हो लैण दिओ इधर साडे सत्कारयोग बाबा जी जा निर्मल सिंह जी इन्हां दे छोटे वीर कमर संधु ग्रुप ऑफ कंपनी के मैनेजिंग डायरैक्टर बॉम्बे तो जिन्होंने 300 साल गुरु ग्रंथ साहब की गुरता गद्दी के संबंध में 1 करोड़ रुपया हजूर साहब की धरती से पहलवाना दियां कुश्तियां अते कबड्डी ते गतके ते खर्च किया है अज माण है सानू लखां रुपये हर साल विसाखी के शुभ अवसर से ये नशहरे ढाले मेला लगता है और साडे बाबा जी की रहनुमाई है बाबा जलन जी और नाल बाबा सोहन सिंह जी कार सेवा वाले ढिलों साहब कश्मीर सिंह जी जा केवल सिंह जी सरदार दिलबाग सिंह जी इन्हां सारे वीरां दा बहुत सारा धन्यवाद जथेदार प्रगट सिंह जी बनवालीपुर और माता कमो खिडारियां दी माता 11, 12 ते 13 लगातार 3 साल बाबा मगा जी ने इसे ही मैदान दे विचों जित्तां प्राप्त कीतियां ने यह भी एक नवा इतिहास की गल है सुखा नंजनपुरिया भी आ गया भी उधर ढिलों साहब बहुत माण है सानू सरदार मुख्तार सिंह जी चीमा साहब चीफ श्रोमणी कश्मीर सिंह जी गंडी पिंड बाबा सोहन सिंह राकेवर सिंह प्यार सत्कार माण है गुरप्रीत जी का नाल मुख्तार सिंह जी चीमा साहब चीफ साहब का धन्यवाद मेहरबानी शुक्रिया सारे वीरां दा कबड्डी दी रेड कबड्डी रेड कौन पावेगा भाई मनजोत वर्ल्ड कप दे विच कबड्डियां वेखियां तुसी जवानों बाबा जी मुंडे कढ़ो जाफी हाँ रेड पैण लगी है और सामने बॉक्स के ग्राउंड तो बाहर है बॉक्स उसके विच खड़े होंगे 30 सेकंड की पाबंद कबड्डी खेड मैदान के लभी खेड कबड्डी है ये जद्दी पली इलाके विच सरहदी जोर लुड़ींदी है नहीं खद्दी मां खेड है रब सुहाबी दूरदर्शन जलंधर साडे शर्मा जी टीम लैके पहुंचे ने समा नहीं दिता जाना चकत्तर साहब वालों बेनती है श्रोमणी हाँ जी सर शंकर सिद्धवां दा ते नाल तांडर बाबा बुढ़ा साहब रमदास क्लब नूं बेनती है अगले मैच लई दोनों टीमां मैदान दे विच और हंदिया शंकर सिद्धवां दा कुलदीप छब्बी लसाड़ा कांता माण सत्कार बहुत वड्डी खेड अज सामने वेखो आहा गल्लां होणगियां अज बाबा बुढ़ा साहब दे जोड़ मिले ते गुरदित हाथ लगा पहला ते पहला नंबर 1.5 हुंदा जवाना डूड नंबर शंकर दे खाते च पै गया बाबा मग्गा माता कमो दे खाते विच हो गया आ बल्ले ओ कहिंदे आ नहीं रीसां तेरियां जवाना आहा बाबा मग्गा 2 नंबर ते लाल कैप दे विच फब्बिया खड़ा जवानो बहुत वधिया मलूक मक्खण नहीं रीसां तेरियां ते हुण कहिंदा लगा भाई जवानो बहुत प्यार नाल कंची वज्जी आ और 1.5 ते 2.5 हुंदे आ कि नहीं पर नंबर श्रोमणी गुरद्वारा प्रबंधक कमेटी दे खाते पाओ पुत्रा कबड्डी पाओ जग सजदो वाली आ अगो हट जाओ कोच साहब आहा कांता लसाड़ा कुलदीप शिकार माशियां दा ते नाल ए आ लगा ही कुलदीप यूरोप खेड के आया बेस्ट जाफी का किताब एन धावी रोल दिता जवानो ए सेंटर लाइन के उत्ते जफा लगा कुलदीप छब्बी का बलकारे का छोटा वीर कांते तो वड्डा यूरोप का बेस्ट धावी और मनजोत गया जे कबड्डी पाउण
ਮਾਛੀਵਾੜੇ ਦਾ, ਮਾਛੀਵਾੜੇ ਦੀ ਪੁੱਤਰ ਧਰਤੀ ਦੇ ਵਾਰਸ। ਅੱਜ ਮਾਣ ਹੈ ਸਾਨੂੰ ਤਨ ਤਨ ਮੈਮਾਰੇ ਖਾਲਸਾ ਸਾਹਿਬ ਕਮਾਲ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਖੰਡੇ ਬਾਟੇ ਦੀ ਪਹੁੰਚ ਚੁੱਕਾ ਮਾਨਤਾ ਸਾਂਝੀ ਵਾਲਤਾ ਦਾ ਸਬਕ ਪੜ੍ਹਾਉਣ ਵਾਲੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਅੱਜ ਤਨ ਤਨ ਬਾਬਾ ਬੁੱਢਾ ਸਾਹਿਬ ਦਾ ਜੋੜ ਮੇਲਾ ਹੈ। ਜੂਲੀ ਬਲਪੁੜੀਆਂ ਦਾ ਕਬੱਡੀ ਪਾਉਣ ਤੋਂ ਪਹਿਲਾਂ ਹੰਦਿਆਂ ਨੂੰ ਮੱਥਾ ਟੇਕਦਾ ਹੈ। ਧਰਤੀ ਮਾਂ ਨੂੰ ਮਾਤਾ ਤੇ ਸਭ ਕਹਿੰਦੇ, ਮੱਥਾ ਘਾਟੀ ਧਰਤੀ ਨੂੰ ਟੇਕਦੇ ਨੇ। ਦੇਸ਼ ਕੌਮ ਦੇ ਖਿਡਾਰੀ ਹੀਰੋ ਸ਼ਾਇਦ ਤਾਂ ਬਣਦੇ, ਬਾਰ ਬਾਰ ਮੱਥਾ ਟੇਕਦੇ ਨੇ। ਜੂਲੀ ਆਹਾ ਛੋਟਾ ਕੱਦ, ਆਹ ਵੇਖੋ ਬੱਬਰ ਸ਼ੇਰ ਉੱਚੇ ਬੁਰਜ ਲਾਹੌਰ ਨੂੰ ਹੱਥ ਲਾਇਆ। ਇਹ ਹੈ ਜੀਦਾਰੀ ਦੀ ਗੱਲ, ਖੇਡ ਕਬੱਡੀ ਫੁਰਤੀ ਦੀ। ਦਿਲਬਾਗ ਜੀ, ਖੇਡ ਕਬੱਡੀ ਫੁਰਤੀ ਦੀ, ਕੰਮ ਭਿੜਨਾ ਝੋਟੇ ਦਾ, ਜੀਦਾਰੀ ਦੀ ਕੁਸ਼ਤੀ ਪੱਕਾ ਸਾਧ ਲੰਗੋਟੇ ਦਾ, ਜੀਦਾਰੀ ਦੀ ਕੁਸ਼ਤੀ ਪੱਕਾ ਸਾਧ ਲੰਗੋਟੇ। ਆਓ ਚੱਲਿਆ ਜੇ ਸੁੱਖਾ ਨਿਰੰਜਨਪੁਰੀਆ ਦਾ ਕੇਵਲ ਸੋਚ ਕਹਿੰਦੇ ਉਹੋ ਹੀ ਸੁੱਖਾ ਕੋਛੜ ਅੱਜ ਦਾ ਕਹਿੰਦਾ ਹੁਣ 3 ਸਾਲ ਮਾਂ ਦਾ ਦੁੱਧ ਚੁੰਗਿਆ ਜਵਾਨੋ। ਇਹ ਹੈ ਬੱਬਰ ਸ਼ੇਰ, ਸ਼ੇਰ ਸਾਨਾ ਦਾ ਭੇੜ ਕਿੰਦੇ ਦੇ ਨਾਲ ਟੱਕਰ ਹੋਈ ਆ। ਆਓ ਜਾਂਦਾ ਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੱਬਰ ਸ਼ੇਰ। ਆਂਦੇ ਸ਼ੇਰਾਂ ਦੇ ਝੁੰਡ ਨਹੀਂ ਹੁੰਦੇ, ਹੰਸਾਂ ਦੀਆਂ ਡਾਰਾਂ ਨਹੀਂ ਹੁੰਦੀਆਂ ਤੇ ਲਾਲਾਂ ਦੀਆਂ ਖਾਣਾ ਨਹੀਂ ਹੁੰਦੀਆਂ। ਬੱਚੀ ਆਹਾ ਬੱਲੇ ਬੱਚੀ ਬੱਚੀ ਆ ਨਹੀਂ ਰਿਸਾਂ ਤੇਰੀਆਂ ਓਏ ਜੀਦਾਰੀ ਦੀਆਂ। ਖੇਡ ਕਬੱਡੀ ਦੀਆਂ ਗੱਲਾਂ, ਕੁਲਦੀਪ ਛੱਬੀ ਦੀ ਗੱਲ, ਲਸਾੜੇ ਦੀ ਗੱਲ, ਆ ਗੁਰਦਿੱਤ ਦੀ ਗੱਲ। ਧੱਕਾ ਮਾਰਿਆ ਪਰ ਨੰਬਰ ਇਸ ਤੋਂ ਪਹਿਲਾਂ ਰੈਫਰੀ ਦਾ ਫੈਸਲਾ, ਨੰਬਰ ਧਾਵੀ ਦਾ। ਲੱਡੇ ਨੂੰ ਯਾਦ ਕਰਦੇ ਸੀ ਦਾ ਕੇਵਲ ਸੋਨ ਜੀ, ਕਹਿੰਦੇ ਮੇਰਾ ਲੱਡਾ ਆ ਗਿਆ ਕੋਚੜ ਸਾਹਿਬ ਤੇ ਖੇਡਾਂ ਹੀ ਹੋ ਜਾਣਗੀਆਂ। ਆ ਗਿਆ ਜੇ ਬਲਪੁਰੀਆਂ ਵਾਲਾ ਲੱਡਾ, ਬਾਬੇ ਦੀ ਕਬੱਡੀ ਪਾਤੀ ਆ। ਨਹੀਂ ਰੀਸਾਂ ਕਹਿੰਦਿਆ ਹੋ ਸਿੱਧਾ ਪੁੱਤਰ ਓਏ ਹੋ ਸਿੱਧਾ, ਨਹੀਂ ਰੀਸਾਂ ਅਲੀ ਗੁੱਜਰ ਦੀਆਂ ਮਲੂਕ ਦੀਆਂ। ਆਹਾ ਸ਼ੰਕਰ ਜੈ ਜੈ ਸ਼ਿਵ ਸ਼ੰਕਰ, ਛੱਡ ਰਜਾਈਆਂ ਮਿਹਨਤਾਂ ਲਾਈਆਂ, ਬਣਾ ਲਈ ਸਖਤ ਲੋਹੇ ਤੋਂ ਬਾਡੀ, ਕੌਡੀ ਨਾਲ ਇਸ਼ਕ ਇਸ਼ਕ ਵਿੱਚ ਗੁੱਟ, ਮਾਵਾਂ ਦੇ ਪੁੱਤ ਖੇਡਣ ਕਬੱਡੀ, ਇਨਾਮ ਮਿਲਦੇ ਲੱਖਾਂ ਦੇ ਕਿਸੇ ਨੂੰ ਬੁਲਟ ਸਪਾਰੀ ਓਡੀ ਇਨਾਮ। ਕਰਮਜੀਤ ਲਸਾੜਾ 2 ਨੰਬਰ ਤੇ ਵਰਲਡ ਕੱਪ ਖੇਡਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਲਗਾ ਬੱਬਰ ਸ਼ੇਰ ਗੁਰਦਿੱਤਾ, ਗੁਰਾਂ ਦਾ ਦਿੱਤਾ, ਬਾਬੇ ਬੁੱਢੇ ਦਾ ਦਿੱਤਾ, ਬਗਲ ਭਰੀ ਆ, ਬਹੁਤ ਵਧੀਆ ਨੰਬਰ ਸ਼ੰਕਰ ਸਿੱਧਵਾਂ ਦਾ। ਇਹ 1.5 ਨੰਬਰ ਦੇ ਹੁਣ 2.5 ਨੰਬਰ ਹੋ ਗਏ ਬਾਬੇ ਮੱਗੇ ਦੇ ਮਾਤਾ ਕੋਲ ਕੰਮੋ ਦੇ। ਆ ਢੇਰੀਆਂ ਵੇਖ ਲਓ ਕਿੱਦਾਂ ਹੋ ਖਿਲਰ ਗਈਆਂ, ਇਕੱਠੀਆਂ ਕਰ ਦਿਓ ਰੈਫਰੀ ਸਾਹਿਬ, ਇਕੱਠੀਆਂ ਕਰ ਦਿਓ ਜਰਾ ਢੇਰੀਆਂ। ਆਹਾ ਵੇਖੋ ਮੁੰਡਾ ਨਹੀਂ ਰੀਸਾਂ ਤੇਰੀਆਂ ਪੁੱਤਰਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਰੁਪਿੰਦਰ ਦੀ ਕਬੱਡੀ, ਆ ਪੱਟਾਂ ਦੀ ਤਿਆਰੀ ਰੁਪਿੰਦਰ, ਆ ਜੱਫਾ, ਆ ਮਝੈਲ ਦਾ ਜੱਫਾ, ਇਹ ਮਾਝੇ ਦਾ ਜੱਫਾ, ਆ ਵੇਖ ਉਧਰ ਕੀ ਬਣਿਆ ਜਿਵੇਂ ਆ ਸੈਂਟਰ ਲਾਈਨ ਦੇ ਉੱਪਰ, ਆ ਗੁੱਥਮ ਗੁੱਥਾ ਉੱਪਰ ਥੱਲੇ ਕਬੱਡੀ ਚੋਬਰਾਮ ਦੀ ਵੇਖ ਲਓ ਸ਼ੁਰੂ ਹੋ ਗਈ। ਆ ਨੰਬਰ ਇਹ ਸੌਖਾ ਕੋਈ ਨਾ ਲੈਣਗੇ ਜੀ, ਆ ਨੰਬਰ ਆ ਜਿਉਂਦਾ ਰਾਜ ਧੰਨਾ ਬੀਟਾ ਬੀਬੀ ਕਮੋ ਦਾ ਪੁੱਤ, ਧੰਨ ਧੰਨ ਕਰਾਉਂਦਾ ਜਵਾਨੋ, ਧੰਨ ਧੰਨ ਹੁੰਦੀ ਹੈ, ਧੰਨ ਧੰਨ ਹੁੰਦੀ ਹੈ ਜਵਾਨੋ। ਕੰਤਿਆ ਲੱਗ ਪੁੱਤਰ ਓਏ ਲੱਗ ਲੱਗ ਮੇਰੇ ਪੁੱਤਰ ਸਹੀਦੋ ਵਾਲੀਆ। ਆਹਾ ਜੱਗੂ ਜੱਗੇ ਜੱਟ ਦੇ ਕਬੂਤਰ ਚੀਨੇ ਨਦੀਆਂ ਪਾਰ, ਇਹ ਹੈ ਕੁਲਦੀਪ, ਇਹ ਤੇ ਉੜਦੇ ਪੰਛੀ ਲਾਉਂਦਾ ਕਿਰਪਾਲ ਸਾਹ ਵਾਂਗੂ। ਮਹਿੰਦਰ ਮੰਮਣ ਕੇ ਖੇਡ ਗਿਆ ਕਬੱਡੀ, ਮਹਿੰਦਰ ਮੰਮਣ ਖੇਡ ਗਿਆ। ਮਨਜੋਤ ਦੀ ਕਬੱਡੀ ਪਈ ਆ, ਵਰਲਡ ਕੱਪ ਦੀਆਂ ਗੱਲਾਂ, 3-3 ਲੱਖ ਰੁਪਈਆ ਮਨਜੋਤ ਦੀਆਂ ਕਬੱਡੀਆਂ ਤੇ ਜੱਫਾ, ਨੰਬਰ ਧਾਵੀ ਦਾ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨੰਬਰ ਹੋ ਗਿਆ। ਨਿਸ਼ਾਨ ਸਿੰਘ ਰੈਫਰੀ ਤੇ ਗੱਲ ਨਾ ਪਾਓ ਬਈ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫੈਸਲਾ ਹੈ ਆਫੀਸ਼ੀਅਲ ਦਾ, ਇਹ ਮੇਰਾ ਫੈਸਲਾ ਨਹੀਂ। ਜੂਲੀ ਆਈ ਲਵ ਯੂ, ਜੂਲੀ ਆਈ ਲਵ ਯੂ, ਇਹ ਜੂਲੀ ਹੌਸ ਉਹ ਬਸ ਕਰੋ ਹੁਣ। ਬਾਬੇ ਬੁੱਢੇ ਦਾ ਜੋੜ ਮੇਲਾ, ਖੇਡਣ ਆਏ ਹੋ ਕਬੱਡੀ ਖੇਡੋ, ਨਕ ਮਕਸਦ ਹੁਣ ਆਏ ਹੋ ਬਾਬੇ ਦੇ
ਚਰਨਾਂ ਦੇ ਵਿੱਚ ਆ ਵੇਖੋ ਜੱਫਾ ਆ ਨਹੀਂ ਰੀਸਾਂ ਤੇਰੀਆਂ ਆ ਜਵਾਨਾ ਆਹ ਬੱਲੇ ਓ ਤੇਰੇ ਆਹ ਆਫਰੀਨ ਜਸ ਚੌੜੇ ਮਧਰੇ ਕਿਆ ਬਾਤ ਹੈ ਆਫਤਾਬ ਜੱਫੇ ਲਾਸਾਨੀ ਰੇਡਾਂ ਸਾਹਮਣੇ ਰੇਡ ਇਸ ਵੇਲੇ ਬੱਬਰ ਸ਼ੇਰ ਸੁੱਖਾ ਨਿਰੰਜਣਪੁਰਾ ਬੱਲੇ ਨਿਰੰਜਣਪੁਰੀਆ ਬੱਲੇ ਜੱਫਾ ਵੀ ਲਾਇਆ ਠੋਕ ਕੇ ਜਵਾਨੋ ਤੇ ਉਧਰ ਸਾਹਮਣੇ ਹੁਣ ਕਹਿੰਦਿਆ ਤੇਰੀ ਟੀਮ ਚੈਨ ਘੁੰਮਦੀ ਆ ਆ ਲਵਲੀ ਅਲੀ ਗੁਜਰ ਮਲੂਕਾ ਮੱਖਣ ਲਾਓ ਜੱਫਾ ਆਹ ਆ ਗਿਆ ਜੇ ਬਲੀ ਬੱਬਰ ਸ਼ੇਰ ਆਹ ਸਾਹਮਣੇ ਵੇਖੋ ਹੁਣ ਕੋਈ ਮੌਕਾ ਨਹੀਂ ਜ਼ੋਰ ਬੋਲਦਾ ਗਵਾਂਢੀਆਂ ਦੇ ਕੋਠੇ ਉੱਤੇ ਮੋਰ ਬੋਲਦਾ ਆਂਦੇ ਪੱਟਾਂ ਵਿੱਚ ਜਾਨ ਹੋਵੇ ਡੋਲਿਆਂ ਤੇ ਮਾਣ ਹੋਵੇ ਛਾਤੀ ਵਿੱਚ ਦਿਲ ਕਹਿੰਦੇ ਸ਼ੇਰ ਤੋਂ ਮਹਾਨ ਹੋਵੇ ਚੁੰਡੀ ਜਾਵੇ ਨਾ ਸਰੀਰ ਉੱਤੇ ਵੱਡੀ ਮਿੱਤਰੋ ਫੇਰ ਖੇਡੀ ਜਾਂਦੀ ਜੋ ਕਬੱਡੀ ਮਿੱਤਰੋ ਫੇਰ ਖੇਡੀ ਜਾਂਦੀ ਜੋ ਕਬੱਡੀ ਮਿੱਤਰ ਬੱਚੀ ਆਹ ਖੇਡ ਕਬੱਡੀ ਲਸਾੜਾ ਕਾਂਤਾ ਕੁਲਦੀਪ ਲਾ ਦੱਸਿਆ ਇਹ ਕਾਂਤਾ ਸ਼ਿਕਾਰ ਮਾਛੀ ਵਾਲਾ ਬਲਕਾਰ ਸਿੰਘ ਬਲੀ ਯੋਧੇ ਦਾ ਛੋਟਾ ਵੀਰ ਐ ਨੂਰ ਪਾਤ ਆ ਗਈ ਵੇਲਣੇ ਚ ਲੱਤ ਆ ਗਈ ਵੇਲਣੇ ਚ ਲੱਤ ਪੀ ਕੇ ਰੱਖ ਦੂ ਗੰਨੇ ਵਾਂਗੂ ਪੀੜ ਕੇ ਰੱਖ ਦੂ ਆ ਇੱਕ ਪਾਣੀ ਵਾਲੀ ਮਸ਼ੀਨ ਛਾਲਾ ਮਾਰਦੀ ਫਿਰਦੀ ਆ ਮੈਨੂੰ ਤੇ ਇਹਦਾ ਹੀ ਡਰ ਲੱਗਾ ਰਹਿੰਦਾ ਕੇਵਲ ਸਿੰਘ ਜੀ ਸਕੱਤਰ ਸਾਹਿਬ ਮੈਨੂੰ ਤੇ ਇਹਦਾ ਹੀ ਡਰ ਲੱਗਾ ਰਹਿੰਦਾ ਕਿਤੇ ਵਿੱਚ ਨਾ ਵੱਜੇ ਕਿਸੇ ਦੇ ਆਹ ਲੱਡਾ ਬਲਪੁਰੀਆਂ ਦਾ ਦੇਖੋ ਖੇਡ ਕਬੱਡੀ ਵੇਖੋ ਉਧਰ ਚਾਰ ਜਾਫੀ ਅਲੀ ਗੁਜਰ ਮਲੂਕਾ ਮੱਖਣ ਸਾਹਮਣੇ ਕਹਿੰਦਾ ਵੇਖੋ ਹੁਣ ਕਿਹੜਾ ਹੱਥ ਲਾਉਂਦਾ ਕਿੰਦਾ ਲੱਗਾ ਇੱਕ ਨੰਬਰ ਤੋਂ ਸਿੰਘ ਹਾਂ ਸਿੰਘਾਂ ਦੀ ਟੱਕਰ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਸੇ ਪਾਤਸ਼ਾਹੀ ਫੌਜਾਂ ਭਾਰੀਆਂ ਅੱਜ ਹੋਵੇ ਸਰਕਾਰ ਤੇ ਮੁੱਲ ਪਾਵੇ ਪਰ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਆਦਮੀ ਸਣੇ ਆਦਮੀ ਗੋਲੀਆਂ ਨਾਲ ਉੱਡਣ ਹਾਥੀ ਡਿੱਗਦੇ ਸਣਿਆਂ ਮਾਰੀਆਂ ਨੇ ਸ਼ਾਹ ਮਮਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਆਹ ਬੱਲੇ ਓ ਤੇਰੇ ਨਹੀਂ ਰੀਸਾਂ ਚੱਗਿਆ ਚਮਕੌਰ ਤਗੜੇ ਹੋ ਜਾਓ ਜਵਾਨੋ ਆਓ ਚੱਲਿਆ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੱਟਾਂ ਦੀ ਤਿਆਰੀ ਚੌੜੀ ਛਾਤੀ ਚਟਾਨ ਵਰਗੀ ਹਾਂ ਦਰਸ਼ਨੀ ਡੋਲੇ ਮੁੰਡੇ ਦਾ ਨਾਂ ਰੁਪਿੰਦਰ ਬੱਲੇ ਓ ਰੁਪਿੰਦਰ ਸਿਆਂ ਰੁਪਿਆ ਨਹੀਂ ਰੀਸਾਂ ਤੇਰੇ ਰੂਪ ਦੀਆਂ ਜਿੰਨੀ ਜਵਾਨੀ ਦਿੱਤੀ ਹੈ ਮਹਾਰਾਜ ਨੇ ਇੰਨਾ ਦਿਲ ਵੀ ਦਿੱਤਾ ਹੈ ਔਰ ਤਰਥਲ ਮਜਾ ਦਿੱਤੀ ਹੈ ਕੋਈ ਮੌਕਾ ਨਹੀਂ ਲਾਲਾ ਮਾਰਦਾ ਜਵਾਨੋ ਕਹਿੰਦਾ ਪਿੱਛੇ ਹਟ ਜਾਓ ਜਵਾਨੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰੁਪਿੰਦਰ ਆਇਆ ਆਓ ਜੀ ਭਾਈ ਸਾਹਿਬ ਬਾਬਾ ਸ਼ਵੇਕ ਸਿੰਘ ਜੀ ਕਾਰ ਸੇਵਾ ਵਾਲੇ ਜਿਨ੍ਹਾਂ ਦੀ ਕਾਰ ਸੇਵਾ ਚੱਲ ਰਹੀ ਹੈ ਬਾਬਾ ਸ਼ਵੇਕ ਸਿੰਘ ਜੀ ਵੱਲੋਂ ਰਵਿੰਦਰ ਕੋਛੜ ਦੇ ਬੋਲਾਂ ਦਾ ਮਾਣ ਪਹੁੰਚਿਆ ਮੈਂ ਬਾਬਾ ਸ਼ਵੇਕ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਬਾਬਾ ਸੋਹਣ ਸਿੰਘ ਜੀ ਕਾਰ ਸੇਵਾ ਵਾਲੇ ਵੀ ਬਿਰਾਜਮਾਨ ਹਨ ਮੈਂ ਬਹੁਤ ਬਹੁਤ ਧੰਨਵਾਦੀ ਇਹਨਾਂ ਮਹਾਨ ਸ਼ਖਸੀਅਤਾਂ ਦਾ ਭਾਵ ਮਨਜੋਤ ਕਬੱਡੀ ਆਹ ਆਫਰੀਨ ਓ ਤੇਰੇ ਜਵਾਨਾ ਆਫਰੀਨ ਬੱਲੇ ਨਹੀਂ ਰੀਸਾਂ ਪੁੱਠੀ ਪੈ ਗਈ ਆ ਜਵਾਨੋ ਆ ਡਬਲ ਟੱਚ ਦਾ ਇਸ਼ਾਰਾ ਚੀਮੇ ਵੱਲੋਂ ਸਰਪੰਚ ਵੱਲੋਂ ਕਬੱਡੀ ਦਾ ਬੇਤਾਜ ਬਾਦਸ਼ਾਹ ਚੀਮਾ ਸਰਪੰਚ ਚੀਮਿਆਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਮਿਲ ਕੇ ਦਾ ਕੇਵਲ ਸਿੰਘ ਤੇ ਸਮੁੱਚੀ ਕਮੇਟੀ ਨਾਲ ਹਰ ਸਾਲ ਅੰਜਾਮ ਦਿੰਦਾ ਹੈ ਪੰਜਾਬ ਦੀ ਮਾਰਕੀਟ ਕਬੱਡੀ ਨੂੰ ਜੂਲੀ ਬਲਪੁਰੀਆਂ ਮਾਤਾ ਕੰਮੋ ਪਹਿਲਵਾਨਾਂ ਦੀ ਮਾਤਾ ਪਾਲਦੀ ਹੈ ਪੁੱਤਾਂ ਵਾਂਗੂ ਵੇਖੋ ਜੂਲੀ ਆਹ ਦਸਾੜਾ ਜੱਫਾ ਵਰਲਡ ਕੱਪ ਦਾ ਜੱਫਾ ਅੱਜ ਬੀੜ ਬਾਬਾ ਬੁੱਢਾ ਸਾਹਿਬ ਆ ਦੇਖ ਲਓ ਤੁਹਾਡੇ ਸਾਹਮਣੇ ਦਸਾੜੇ ਦਾ ਜੱਫਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੱਫਾ ਇਹ ਬਾਬੇ ਬੁੱਢੇ ਦਾ ਜੱਫਾ ਇਹ ਬਾਬੇ ਬੁੱਢੇ ਦਾ ਜੱਫਾ ਪੰਜਵੀਂ ਪਾਤਸ਼ਾਹੀ ਸ਼ਹੀਦਾਂ ਦੇ ਸਰਤਾਜ ਪਾਓ ਸੁਖਿਆ ਬਾਬਾ ਬੁੱਢਾ ਜੀ ਦੀ ਆਸ਼ੀਰਵਾਦ ਹੈ ਤੈਨੂੰ ਪਾ ਕਬੱਡੀ ਪੁੱਤਰਾ ਪਾ ਕਬੱਡੀ ਸ਼ੇਰਾਂ ਵਰਗੇ ਜਿਗਰੇ ਲਈ ਫਿਰਦੇ ਆ ਇਹ ਪੰਜਾਬ ਦੇ ਨੌਜਵਾਨ ਗੱਭਰੂ ਜਵਾਨੋ ਇਹ ਕਬੱਡੀ ਖੇਡਣੀ ਕੋਈ ਸੌਖੀ ਨਹੀਂ ਮਨਪ੍ਰੀਤ ਸਿੰਘ ਬਦਨੀ ਵਾਲਾ ਕਹਿੰਦਾ ਹੈ ਖੇਡਣੀ ਜੇ ਔਖੀ ਤਾਂ ਖਿਡਾਉਣੀ ਕਿਹੜੀ ਸੌਖੀ ਹੈ ਪੁੱਛ ਲਓ ਸਰਦਾਰ ਕੇਵਲ ਸਿੰਘ ਜੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਾਹਿਬ ਨੂੰ
बड़ा औखा जी चार टीम कट्ठिया करके फिर हजारा रुपए के इनाम सम्मान देने बच्ची की कबड्डी पैन लगी है। बाबा जी बुढ़ा साहब के मेले दियां बधाइयां दूर दराडे नेड़ियों संगतां चल के आईया बाबा बुढ़ा साहब के दर्शन कर लो गुरु घर दियां खुशियां दे नाल झोलियां भर लो गुरु साहब दे। हाँ पत्रकार टीम डॉक्टर नरिंदर सिंह जी कदों दा कृपाल सिंह जी सोहल साहब दा मनजीत सिंह जी रंधावा साहब जितेंद्र विक्की जी सुखदेव सिंह जी मियाँपुर हरदीप सिंह जी साढ़े प्रिंट मीडिया असी बहुत धन्यवादी हाँ। सरदार नरिंदर सिंह जी दुद्ध सॉरी बॉक्स के बॉक्स चले जाए सारे प्लेयर रैफरी साहब वालों ये अगेंस्ट नंबर हो जाएगा। बलपुरिया की टीम को बेनती है लड्डा बलपुरिया का हाँ नंबर चीमे का इशारा चलो जगया जगे जत दे कबूतर चीने नदियों पार चुगते सिखी दे तम सिखी दे थम सिखी दे राखे बरकतां दे मालक पुत्रां दे दानी माण है सानू धन धन बाबा बुढ़ा साहब का जोड़ मेला बहुत प्यार सत्कार दे नाल संगत दा बहुत बहुत धन्यवाद। नंबर धावी का हो गया सब तो वध माण मिले गुरु घर सब तो पहला 12 साल की उम्र च रमदास बाबे नानक नूं दुध पियाया बाबा बाबे नानक ने वर दे दिता बूढ़े तो बुढ़ा। सरदार मनजिंदर सिंह जी लहरी झबाल वाले बड़े प्यार सत्कार भेजते हैं मैं बड़ा धन्यवादी हाँ हाँ आ बल्ले तेरे जवाना सामभ के रखी जवानी का मुल पैंदा जवानों जवानी परखी जाती है मैदान दे विच सुनियार सोना परखदा कसवटी ते मैदान च जवानी परखी जाती है। आ गया जी इहनू कहिंदे आ बब्बर शेर शंकर सिद्धवावा दुध पोता दानी बाबा पूर्ण ब्रह्म ज्ञानी बाबा जो भी चल के दर ते आवे मंगिया मुरादा पावे चलते पे लंगर भंडारे संगत जन बलिहारे सिंहपुरी दा राणा आखे बाबा बुढ़ा साहब दे अज संगत आईया संगत इत्थे आउण ते बहुत बहुत बधाइया। कबड्डी मनजोत दी माछीवाड़े की धरती मनजोत आह कबड्डी का हीरा हर नौजवानों आउंदा ते जांदा प्रीता नटाले वाला गया ते आया पा पुत्र बची भज के कबड्डी कुलदीप जसे दसाड़े कांते शिकार आलिया ये है कबड्डी जीदारी की कबड्डी देखो खेड कबड्डी आ भिखी बनता इलाका आ बल्ले तेरे जवाना कुलदीप हा के नहीं रिसा फैसला रेफरी साहबान का नंबर धावी का बच्ची का सुखा नंजनपुर आओ जवाना ऐसे महासवी दे वर सदका जगते मीरी ते पीरी दा मालक आया आया पुट्टन लई जड़ जरवाणिया दी माता गंगा दा बन के बालक आया सुती अणख नूं टुंब जगाउण आया कढ़न वास्ते वतन चो आलक आया धनी तेग दा मर्द महान योधा दुखी गऊ गरीब दा पालक आया दसी जीवन दी जाच जग्यासियां नूं हथी लाए गुरियाई दे तिलक बाबे हथी लाए गुरियाई दे तिलक बाबे पांच पातशाहियां नूं तिलक लगा के गुरताई गुरता गद्दी गुरियाई गद्दी ते बैठन दा मौका हाफ दा टाइम इज ओवर। हाजर सारी संगत दे चरणां च रविंद्र कोछड़ दी बेनती है भी जोरदार दोनों टीमों वास्ते ताड़ियां मार दिओ माझे दी धरती बाबे बुढ़े दा जोड़ मेला होवे माझे आलियो ये तुसा ना मेरी रखी है ते मैं अगो की आखा मारो ताड़ियां जोरदार स्वाद आया ना हुण अजे भी वो मजा नहीं आया माझे आला खड़ाका नहीं होया माझे आले जदों भी करदे आ पक्कियां दे पक्के फायर करदे आ कच्चे काम कदी माझे आले किते नहीं पर चलो तुहाडी इन्नी मान लैंदे आ। पिंका चहल चीमे दे नाल कबड्डी दी बहुत वधिया रैफरी दलबाग सिंह जी मेरी आवाज सुनते होण बीड़ बाबा बुढ़ा साहब हाँ जी पूरा कोना डीपी साहब अवतार सिंह जी कहते हैं
18 नंबर श्रोमणी गुरुद्वारा प्रबंधक कमेटी के, 12 नंबर हैं धन धन बाबा दीप सिंह शहीद बलपुरिया की टीम के। साथों विछड़ चुकिया कबड्डी खिलाड़ी बल्ला चक नू शान नू याद करदे आ। असां तां जो बंदुते मरना तुर जाना असी भरे भराए हिजर तेरे दी कर परकरमा। सरदार कश्मीर सिंह जी गंडी विंड मैंबर श्रोमणी गुरुद्वारा प्रबंधक कमेटी ने 500 रुपए का प्यार रविंद्र कोठड़ दे नाल बोलां दा गंडीवेंद साहब स्वागत है जी आयां नूं धन्नवाद। एक मिनट यार असां तां जोबन उत्ते मरना तुर जाना असी भरे भराए हिजर तेरे दी कर परकरमा। जोबन उत्ते जो भी मरदा है फुल बने जा तारा जोबन उत्ते आशक मरदे जां को करमा वाला। और प्रेमी बल्ला कबड्डी का खिडारी बहुत बहुत प्रणाम महाराज के सच्चे पातशाह के चरणा च अरदास। काका तू की आखना दस। चलो मेरे पुत्र करो बाबे बुढ़े का मेला है इतने किसी नूं कोई बंदिश नहीं। ये साडे सदा केवल सिंह जी ने कहा कोठर साहब जो भी आउंदा बाबे दे दर ते मंगियां मरादां पा के जांदा है वो जिहड़ा भी आउंदा उहनूं खुल्ली छुट बन जांदी है। जिउंदा रह जिउंदा रह जिउंदा रह पा कबड्डी बल बलपुरियां वालिया। हाँ लड्डा बलपुरियां दा सर मेहरबानी शुक्रिया जी। सरदार नोक सिंह जी सरपंच पिंड चक वालिया तो वड्डा प्यार लैके आए ने रविंद्र कोछल लई मैं बड़ा धन्नवादी हाँ मेहरबानी। प्रभा हट जाओ हुण चल चमकौर लै गुरदित को नंबर लै गया मुंडा लै गया नंबर गुरदित। जसमेल सिंह जी काश्तीवाल यूएसए वालों मेला धारीवाल का मोटरसाइकिल प्रभ जी धारीवाल डॉक्टर हरभजन सिंह सरदार दर्शन सिंह धारीवाल सरपंच साहब का मैं बड़ा धन्यवादी हाँ। जंगले वाला संपर्क करे भाई सरदार दिलबाग सिंह जी नाल संपर्क करना सकत्तर साहब दे नाल जंगले वाला मेरा वीरसुर सिंह जी आ निशान। हाँ पर निशान ते रैफरी बनिया लाइनमैन पत्थर उत्ते लकीर गल हो गई जो आख्या नाल जुबान बाबे अमृतसर हरि मंदिर दी कार सेवा जस खटिया बड़ा महान बाबे चंदों वध चमकाई दे विच दुनिया रबी बाणी दे सिखी दी शान बाबे वध के सारे संसार तो माण पाया गुरु नानक द्वारे ओ माण बाबे करी रिधियां सिद्धियां पौणगियां दूर होणगे बदलो दासियां दे बचन मन के बीड सब करो सेवा कट्टे जाणगे गेड़ चौरासियां दे कट्टे जाणगे गेड़ चौरासियां। आओ मनजोत हिंदुस्तान का सब तो तगड़ा तावी श्रोमणी गुरुद्वारा प्रबंधक कमेटी का बब्बर शेर ये खेड वड्डे दिलदारां दी आ सामने वेखो चफा लगू लगू पर नहीं मनजोत रोलदा जांदा जवानो पा बच्ची कबड्डी पा कबड्डी। आ फरीनो गुरदित कुलदीप जसे दो भरा खेडदे आ चोड़े मधर आ वध के गुरदित नूं हथ और गुरदित ने बांह खड़ी कीती है खेडदे ने खिडारी रब वर्गे सच्चियां बोलियां बोलदे खिडारी खिडारी हुंदे रब वर्गे कुंड कढ के खैर ना पाईए खिडारी हुंदे रब वर्गे रब दियां गल्लां। श्रोमणी गुरुद्वारा प्रबंधक कमेटी दी टीम बलपुरियां बाबा मग्गा बाई अक्तूबर का सदा बलपुरियां दे खेड मेले का सामने नबेड़े होणगे हुण और नई रीसां तेरिया पुत्रा नंबर लैके आ गया श्रोमणी गुरुद्वारा प्रबंधक कमेटी का बब्बर शेर सरदार कश्मीर सिंह जी बच्ची मैंबर श्रोमणी गुरुद्वारा प्रबंधक कमेटी चीमा साहब दा केवल सिंह जी माण है बाबा सोहन सिंह जी कार सेवा वाले बड़े प्यार सत्कार कबड्डी जूली दी बलपुरियां दा जूली आहो बल्ले जूली कद छोटा पैंदा तणके ताप चढ़ा देंदा जदों लड़दा काला नग बन के ताप चढ़ पर कुलदीप छब्बी अगे
कोई मंत्र नहीं चलिया, कोई मंत्र नहीं चलिया। कील के पटारी बेच पाले आ, हाँ चलिया आज लड़ा बलपुरिया दा, तकड़े हो जोज बनो, लड़ा बलपुरिया दा, पाओ कबड्डी, ताज अफ़ा होना, किंदे, पार जफ़ा पुत्रोए, या किंदा, चोड़े मदरे दा, कबली डेरे बाबे नानक दा, पौंदा पुट्ठी बड़ी खतरनाक, लाओ दौड़ पुत्र लाओ, मैं बेंती कर दिया, दूसरियां टीमा दे खड़ारी बिना किसी देरी तो मैदान दे आ जा। मालवा टीवी वाले लाइव दिखा रहे ने, हंदिया दे उपर आके लाइव ठोकता जफा, और पर अड्डी मार के लंघूंगी दर तेरा, ते झांजरा कढ़ा दे मित्रा, अड्डी मार के लंघूंगी दर तेरा, बल्ले ओ तेरे कैंठे आलिया आंदिया, कैंठे वाला पुछे तेरा ना, कुड़ी नी सगी फुल वाली है, पंजाब दे सभ्याचार दी गल है। और इस वेले सामने वेखो कबड्डी, बब्बर शेर दी कबड्डी है, बहुत वधिया गुरमुख डेरे वाला, गुरमुख डेरा डेरा डेरा, गुरमुख लसाड़ा है, गुरदित्ता गुरदित्त, पर चीमा पां खड़ी करके कहिंदा सारी उम्र कबड्डी खेडी है, कोचट साहब तुसी खिडाई है, क्यों चीमिया, चीमे दियां कबड्डियां मैं पवाईआं, माण है मैनू दूजी पीढ़ी खड़ाउणिया, 40 साल तो कमेंट्री की सेवा, ये बाबा बुढ़ा साहब के जोड़ मेले से हरिंदर पट्टा की तैयारी पुत्रा तेरे नाल दी, ते जां जसा चूसले वड़िया छिंदे दा पुत मजैल, उहदे पट्टा की तैयारी वेखी है, अजकल दे नौजवानों की सदा केवल सुन जी, पट्टा की तैयारी होवे ना होवे, पट्टिया की तैयारी पूरी लाउंदे जे, पट्टिया की तैयारी पूरी, बच्ची शकरपुरी आ, बच्ची की कबड्डी है, बल्ले ओ बच्ची नहीं रीथां तेरिया, बल्ले ओ बच्ची, बल्ले ओ पुत्रा, बाबा सोहन सिंह जी कार सेवा, माण है सानू, माण है सानू, सत्कारयोग श्रोमणी कमेटी के अडिशनल सकत्तर स्पोर्ट्स का केवल सिंह जी पूरा कोना, जा हरजीत सिंह जी लालू घुमण साहब मीत सकत्तर श्रोमणी कमेटी, मेला अफसर जा मुख्तार सिंह जी चीमा चीफ श्रोमणी कमेटी, सतनाम सिंह जी रियाड़ साहब अडिशनल चीफ श्रोमणी कमेटी, जा गुरचरण सिंह जी कुहाला साहब इंचार्ज अमला विभाग श्रोमणी कमेटी, मैनेजर जसपाल सिंह जी जिन्हें रहनमाई ठठा तरन तारण जिला बीड़ बाबा बुढ़ा साहब, सरदार दिलबाग सिंह मेरा छोटा वीर बड़ा मेहनती, महाराज के चरणा च अरदास है कि इस वीर नू महाराज सेहत चाबी बख्शे, और इस तरह तन तन बाबा बुढ़ा साहब ब्रह्म ज्ञानी की सेवा करते रहन, जैसे बाबा सुबेक सिंह जी कार सेवा वाले, वे माण पावन गुरधामा की सेवा, इमारतों की सेवा, बीड बाबा बुढ़ा साहब ठटा झवाल तरन तारण संत साहब बस के गिल्ला गुरु का बाग अते होर बहुत सारे अनेक गुरुद्वारा साहबान की सेवा दा मां ना भी मेरे पुत्रो और ना मेरे सुने ओए की करन लग पे जे, ए बाबा बुढ़ा जी दा दर है, ए बाबे बुढ़े दा दर है, हर दर पे जो झुक जाए उसे सर नहीं कहते, सर जिस पे ना झुक जाए उसे दर नहीं कहते, उच्चा दर बाबे नानक दा आ गया, हैप्पी चोला बोले ओ हैप्पी चोले वाला हैप्पी आ, सुखमन चोला अर्श चोला हैप्पी चोला आ गया, गिंदर भूरियां दा आ टैलीविजन ते आउंदा गिंदर भूरियां दा, बड़े सोहणे जफ्फे लाउंदा गिंदर भूरियां दा, नलिया अज तेरे भी जफ्फे वेखणे आ, अज बघियार दे जफ्फे भी वेखणे आ जवानो, बहुत वधिया आ बल्ले आ, नहीं रीछां तेरियां जवाना आ, फ्री न तेरे सिद्ध वालिया बल्ले शेरा आ, जिउंदे रहो आ, नहीं रीछां ओए गुरदेव बोला पतड़ गल्लां हुंदियां आहा पत्तड़ा दे आ, जिंदा रह अमन पत्तड़, कहिंदा कोचड़ साहब तुहाडे हत्थां च खेड के अज अंतरराष्ट्री पद्धर ते मुकाम हासिल कीते ने, असीं तुहाडा सत्कार करदे आ, मैं इन्हां खिडारियां दा बड़ा धन्नवादी हां, क्योंकि 40 साल नौकरी कीती है सपोर्ट डिपार्टमेंट दे विच बतौर सपोर्ट्स ऑफिसर, उधर वेखो जफ्फा आ गड़मा जफ्फा गुरदित्त दा जफ्फा, गुरदित्ते दा जफा पानी दी घुट पिया, हां पी पानी, पवन जी पवन पुत हनुमान दियां गल्लां हुंदियां, तुहाडे दर्शक डिगदे रहिंदे ने दूरदर्शन ते, तुहाडे तैयार कीते प्रोग्राम, आओ बल्ले
ਨਹੀਂ ਰੀਸਾਂ ਤੇਰੀਆਂ ਓਏ ਆਹਾ ਮੱਗੇ ਹੱਥ ਖੜਾ ਕਰਦੇ ਤਾਂ ਨੂੰ ਪੁੱਤਰ ਹਾਂ ਪੂਰਾ ਹੱਥ ਖੜਾ ਕਰਿਆ ਕਰੋ ਮੱਗੇ ਹਾਂ ਵੇਖਿਓ ਕਬੱਡੀਆਂ ਪੈਂਦੀਆਂ ਚੜ ਚੜ ਕੇ ਅੱਜ ਵੇਖਿਓ ਜੱਫੇ ਲੱਗਦੇ ਵੇਖਿਓ ਖੇਡਾਂ ਹੁੰਦੀਆਂ ਅੱਜ ਬਾਬੇ ਬੁੱਢੇ ਨੂੰ ਸਮਰਪਿਤ ਮੇਲਾ ਬਾਬੇ ਬੁੱਢੇ ਨੂੰ ਲੱਡਾ ਬਲਪੁਰੀਆਂ ਦਾ ਪਾਉਂਦਾ ਕਬੱਡੀ ਦਿਲਬਾਗ ਸਿੰਘ ਜੀ ਵੇਖੋ ਕਬੱਡੀ ਇਸ ਵੇਲੇ ਪੂਰੇ ਜ਼ੋਰਾਂ ਤੇ ਸਾਡੇ ਸਤਿਕਾਰਯੋਗ ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ ਸਪੋਰਟਸ ਦਾ ਕੇਵਲ ਸਿੰਘ ਦੇ ਨਾਲ ਸਟੇਜ ਦੇ ਉੱਪਰ ਸੁਸ਼ੋਭਿਤ ਹੋ ਗਏ ਹਨ ਸਾਡੇ ਸਤਿਕਾਰਯੋਗ ਸਰਦਾਰ ਹਰਜੀਤ ਸਿੰਘ ਜੀ ਲਾਲੂ ਘੁੰਮਣ ਸਾਹਿਬ ਮੀਤ ਸਕੱਤਰ ਸ਼੍ਰੋਮਣੀ ਕਮੇਟੀ ਮੇਲਾ ਅਫਸਰ ਉਹਨਾਂ ਦੇ ਨਾਲ ਸਰਦਾਰ ਮੁਕਤਾਰ ਸਿੰਘ ਜੀ ਚੀਮਾ ਸਾਹਿਬ ਸਤਨਾਮ ਸਿੰਘ ਜੀ ਰਿਆੜ ਐਡੀਸ਼ਨਲ ਚੀਫ ਸ਼੍ਰੋਮਣੀ ਕਮੇਟੀ ਤਾਂ ਗੁਰਚਰਨ ਸਿੰਘ ਜੀ ਕੁਹਾਲਾ ਸਾਹਿਬ ਇੰਚਾਰਜ ਅਮਲਾ ਵਿਭਾਗ ਸ਼੍ਰੋਮਣੀ ਕਮੇਟੀ ਮੈਨੇਜਰ ਜਸਪਾਲ ਸਿੰਘ ਜੀ ਬੀੜ ਸਾਹਿਬ ਸਤਨਾਮ ਸਿੰਘ ਜੀ ਐਡੀਸ਼ਨਲ ਮੈਨੇਜਰ ਸਾਹਿਬ ਅਸੀਂ ਬਹੁਤ ਧੰਨਵਾਦੀ ਹਾਂ ਉੱਧਰ ਕਬੱਡੀ ਗੁਰਦਿੱਤੇ ਦਾ ਜੱਫਾ ਬੱਚੀ ਨੂੰ ਪਰ ਨਹੀਂ ਨੰਬਰ ਹੋ ਗਿਆ ਜਿਵੇਂ ਨੰਬਰ ਧਾਵੀ ਦਾ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਭਾਈ ਮਨਜੀਤ ਸਿੰਘ ਜੀ ਸਤਿਕਾਰਯੋਗ ਭਾਈ ਮਨਜੀਤ ਸਿੰਘ ਜੀ ਮੈਂਬਰ ਸ਼੍ਰੋਮਣੀ ਕਮੇਟੀ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮਾਣ ਹੈ ਸਾਨੂੰ ਧੰਨ 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 ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੇ ਨਾਲ ਸਰਦਾਰ ਅਮਰੀਕ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਖਾਲਸਾ ਮਾਣ ਹੈ ਸਾਨੂੰ ਦਮਦਮੀ ਟਕਸਾਲ ਭਾਈ ਸਾਹਿਬ ਹਰ ਸਾਲ ਬਹੁਤ ਵੱਡਾ ਮੇਲਾ ਬਹੁਤ ਭੂਰਾ ਕੋਨਾ ਵਿਖੇ ਸਤਿਕਾਰਯੋਗ ਭਾਈ ਮਨਜੀਤ ਸਿੰਘ ਜੀ ਮੈਂਬਰ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਮਾਣ ਹੈ ਸਾਨੂੰ ਸਰਦਾਰ ਮਨਜੀਤ ਸਿੰਘ ਜੀ ਭਾਈ ਸਾਹਿਬ ਵਰਗੀਆਂ ਸ਼ਖਸੀਅਤਾਂ ਜਾਂ ਸੁਰਜੀਤ ਸਿੰਘ ਜੀ ਪਿੱਟੇ ਵੱਢ ਅਤਰੰਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਨਿਰਮਲ ਸਿੰਘ ਜੀ ਨਸ਼ਹਿਰਾ ਢਾਲਾ ਜੋ ਕਿ ਬਾਬਾ ਜਲਣ ਸਾਹਿਬ ਗੁਰਦੁਆਰਾ ਨਸ਼ਹਿਰੇ ਢਾਲੇ ਤੇ ਗੁਰਦਿੱਤ ਜੱਫਾ ਲਾ ਪੁੱਤਰਾ ਉਹ ਨਹੀਂ ਰੀਸਾਂ ਤੇਰੀਆਂ ਬਾਰਡਰ ਬੰਦ ਦੀਆਂ ਗੱਲਾਂ ਹੋਣਗੀਆਂ ਅੱਜ ਤੁਹਾਡੇ ਸਾਹਮਣੇ ਇਹਨੂੰ ਕਹਿੰਦੇ ਆ ਹਿੱਕ ਦੇ ਜ਼ੋਰ ਨਾਲ ਜੱਫਾ ਮਾਰ ਦਿਓ ਤਾਣੀਆਂ ਜਵਾਨੋ ਜੱਫਾ ਗੁਰਦਿੱਤ ਦਾ ਕੈਨੇਡਾ ਦੀ ਧਰਤੀ ਵੈਨਕੂਵਰ ਦੀ ਧਰਤੀ ਤੇ ਇਦਾਂ ਜੱਫੇ ਭਰੇ ਆ ਵੇਰ ਕੇ ਨੌਜਵਾਨ ਨੇ ਹੰਦਿਆਂ ਦੇ ਉੱਪਰ ਸੈਂਟਰ ਲਾਈਨ ਦੇ ਉੱਪਰ ਧਾਵੀ ਨੂੰ ਨਹੀਂ ਕਰ ਜਾਣ ਦਿੱਤਾ ਜਵਾਨੋ ਇਹਨੂੰ ਕਹਿੰਦੇ ਜੱਫਾ ਬਾਹੂ ਔਲਖ ਆ ਗਿਆ ਬਾਹੂ ਸੱਪ ਆ ਗਿਆ ਬਾਹੂ ਔਲਖ ਆ ਗਿਆ ਬਾੜ ਸਾਨੂੰ ਸਰਦਾਰ ਹਰਦਿਆਲ ਸਿੰਘ ਜੀ ਸੁਰ ਸਿੰਘ ਸਾਬਕਾ ਮੈਂਬਰ ਸ਼੍ਰੋਮਣੀ ਅਕਾਲੀ ਦਲ ਸਾਬਕਾ ਸਰਪੰਚ ਸੁਰ ਸਿੰਘ ਸਰਦਾਰ ਦਰਸ਼ਨ ਸਿੰਘ ਜੀ ਮਾਨ ਐਸ ਐਸ ਪੀ ਸਾਹਿਬ ਤਰਨ ਤਾਰਨ ਤੋਂ ਉਹ ਵੀ ਸਾਡੇ ਦਰਮਿਆਨ ਪਹੁੰਚੇ ਹਨ ਬੜੇ ਪਿਆਰ ਸਤਿਕਾਰ ਨਾਲ ਸਵਾਗਤ ਹੈ ਰਾਣਾ ਜੀ ਰਾਣਾ ਪ੍ਰੋਪਰਟੀ ਡੀਲਰ ਦਾ ਅਸੀਂ ਬਹੁਤ ਪਿਆਰ ਸਤਿਕਾਰ ਨਾਲ ਸਵਾਗਤ ਕਰਦੇ ਹਾਂ ਸਮੁੱਚੀ ਕਮੇਟੀ ਵੱਲੋਂ ਐਸ ਐਸ ਪੀ ਸਾਹਿਬ ਦਰਸ਼ਨ ਸਿੰਘ ਜੀ ਮਾਨ ਸਾਹਿਬ ਸਾਡੇ ਦਰਮਿਆਨ ਪਹੁੰਚੇ ਹਨ ਜ਼ਿਲ੍ਹਾ ਤਰਨ ਤਾਰਨ ਦੇ ਸੀਨੀਅਰ ਸਬਜਨ ਪੁਲਿਸ ਦਾ ਇੱਥੇ ਪਹੁੰਚਣ 'ਤੇ ਸਵਾਗਤ ਹੈ ਅਤੇ ਸ਼ੰਕਰ ਦੀ ਕਬੱਡੀ ਹੈ ਸ਼ੰਕਰ ਸਿੱਧਵਾਂ ਵਾਲਾ ਕਬੱਡੀ ਪਾਉਂਦਾ ਮੈਦਾਨ ਦੇ ਵਿੱਚ ਆਹ ਸਾਹਮਣੇ ਵੇਖੋ ਆਹ ਕੰਤਾ ਸ਼ਿਕਾਰ ਮਾਛੀਆਂ ਦਾ ਚੀਮਿਆਂ ਇਹ ਕੰਤਾ ਇਹ ਨਾਲ ਆ ਅੱਗ ਦੀ ਨਾਲ ਆ ਜਵਾਨੋ ਵੇਖੋ ਕਿਤੇ ਚਮੜ ਗਿਆ ਚੁੰਬਕ ਵਾਂਗੂ ਆਹ ਚਮਕ ਵਾਂਗੂ ਚੁੰਮੜ ਗਿਆ ਕੋਈ ਗੱਲ ਨੀ ਪੁੱਤਰਾ ਕਿਹੜਾ ਕੁੰਭ ਦਾ ਮੇਲਾ ਇਹ 30 ਸੈਕਿੰਡ ਬਾਅਦ ਕਬੱਡੀ ਪੈ ਜਾਣੀ ਹੈ ਪਾਓ ਪੁੱਤਰਾ ਕਬੱਡੀ ਬੱਲੇ ਬੱਲੇ ਉਹ ਤੇਰੇ ਬੱਬਰ ਸ਼ੇਰਾ ਨਹੀਂ ਰੀਸਾਂ ਤੇਰੀਆਂ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੁਪਿੰਦਰ ਦਾ ਇਸ ਵੇਲੇ ਬਹੁਤ ਵਧੀਆ ਮੁਕਾਬਲਾ ਹੋ ਗਿਆ ਰੁਪਿੰਦਰ ਆ ਬੱਲੇ ਉਹ ਤੇਰੇ ਛੱਡਦੇ ਪੁੱਤਰ ਹੁਣ ਛੱਡਦੇ ਤਨ ਤਨ ਮਾਤਾ ਕੰਮੋ ਬਾਬਾ ਕੁਲਵੰਤ ਸਿੰਘ ਜੀ ਮੱਗਾ ਕੈਂਠਿਆਂ ਦੇ ਨਾਲ ਸਨਮਾਨ ਹੋਏ ਨੇ ਜੈਲੋ ਗੱਡੀਆਂ ਦੇ ਨਾਲ ਸਨਮਾਨ ਸਰਦਾਰ ਹਰਭਜਨ ਸਿੰਘ ਜੀ ਪੱਧਰੀ ਪਿੰਡਾਂ ਦੇ ਵਿੱਚ ਨਾਂ ਗੂੰਜਦਾ ਅਜੇ ਤੱਕ ਭਜਨ ਪੱਧਰੀ ਦਾ ਜਵਾਨੋ ਸਰਪੰਚੀ ਮਿਲੀ ਹੈ ਧੰਨ ਧੰਨ ਬਾਬਾ ਬੁੱਢਾ ਸਾਹਿਬ ਦਾ ਬਹੁਤ ਵੱਡੇ ਸੇਵਕ ਨੇ ਅੱਜ ਮਾਣ ਹੈ ਸਾਨੂੰ ਧੰਨ ਧੰਨ ਬਾਬਾ ਬੁੱਢਾ ਸਾਹਿਬ ਸਰਦਾਰ ਹਰਭਜਨ ਸਿੰਘ ਜੀ ਸਰਪੰਚ ਪੱਧਰੀ ਜਿਨ੍ਹਾਂ ਨੇ ਢੇਰੀ ਵਾਲੀ ਕਬੱਡੀ
ਪਹਿਲਵਾਨੀ ਕੀਤੀ ਔਰ ਸਰਕਲ ਸਟਾਈਲ ਕਬੱਡੀ ਖੇਡੀ ਹੈ। ਅੱਜ ਸਾਡੇ ਦਰਮਿਆਨ ਪਹੁੰਚੇ ਹਨ ਮੈਂ ਸਰਦਾਰ ਹਰਭਜਨ ਸਿੰਘ ਜੀ ਸਰਪੰਚ ਪੱਧਰੀ ਦਾ ਔਰ ਖੇਡ ਮੈਦਾਨ ਦਾ ਭਜੀ ਪੱਧਰੀ ਵਾਲਿਆਂ ਦਾ ਇੱਥੇ ਪਹੁੰਚਣ 'ਤੇ ਸਵਾਗਤ ਕਰਦਾ ਹਾਂ ਜੀ। ਧੰਨਵਾਦ। ਦੂਰਦਰਸ਼ਨ ਜਲੰਧਰ ਦੀ ਗੱਡੀ ਦਾ ਡਰਾਈਵਰ ਸਟੇਜ ਦੇ ਪਿੱਛੇ ਆ ਜਾਵੇ। ਇਹ ਆਪਣਾ ਸ਼ਰਮਾ ਜੀ, ਅਜੇ ਮੈਚ ਕਰਨਾ ਸ਼੍ਰੋਮਣੀ ਕਮੇਟੀ ਦਾ ਫਾਈਨਲ। ਹਾਂ, ਡਰਾਈਵਰ ਆ ਜਾਂਦਾ, ਫਿਕਰ ਨਾ ਕਰੋ। ਆ ਜਾਂਦਾ ਜੀ ਮਨਜੋਤ, ਆ ਜਾਂਦਾ ਮਨਜੋਤ ਬਾਬਾ ਜੀ। 22 ਤਰੀਕ ਨੂੰ ਮੇਲਾ ਬਲਪੁਰੀਆਂ ਦਾ, ਕਬੱਡੀ ਸ਼ੇਰ ਦੀ ਓਏ। ਹਾਂ, ਜਿਗਰ ਚਾਹੀਦਾ, ਮੈਂ ਜਿੱਡਾ ਦਿਲ ਚਾਹੀਦਾ ਜਵਾਨੋ, ਤਾਂ ਕਬੱਡੀ ਖੇਡੀ ਜਾਂਦੀ ਹੈ। ਪ੍ਰਵੀਨ ਸ਼ਰਮਾ ਜੀ ਦੇ ਦੂਰਦਰਸ਼ਨ ਦੀ ਗੱਡੀ ਦਾ ਡਰਾਈਵਰ ਮੇਰੀ ਆਵਾਜ਼ ਸੁਣਦਾ ਹੋਵੇ ਤੇ ਗੱਡੀ ਦੇ ਪਿੱਛੇ ਆ ਜਾਵੇ, ਸਟੇਜ ਦੇ ਪਿੱਛੇ ਆ ਜਾਵੇ ਬਈ। ਆ ਜਾ ਵੀ ਜਵਾਨਾ, ਆ ਜਾਓ ਜਵਾਨੋ, ਪਾ ਸੁੱਖਿਆ ਕਬੱਡੀ। ਭਾਵੇਂ ਲੱਖਾਂ ਖੇਡਾਂ ਖੇਡੋ ਪਰ ਕਬੱਡੀ ਹੈ ਖੇਡਾਂ ਦੀ ਰਾਣੀ। ਤਾਨੋ ਪੁੱਤ ਮਾਵਾਂ ਦੇ ਜਿੰਨਾ ਕਦਰ ਇਸ ਦੀ ਜਾਣੀ, ਗੁੱਟ ਪੱਕਾ ਸਿੱਧਾ ਫੜ ਗਏ ਬਈ। ਤੋਚੀ ਤੋਖੀ ਸਾਧ ਸਵਰਨਾ, ਇਹ ਕੰਮ ਕੋਈ ਸੌਖਾ ਨਹੀਂ, ਸ਼ੇਰਾ ਮੂਹਰੇ ਗੁੱਟ ਫੜ ਖਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਾਂ ਜੋਦੜੀ ਪਿਤਾ ਦਸ਼ਵੇਸ਼ ਅੱਗੇ, ਮੇਰੇ ਭਾਗਾਂ ਵਿੱਚ ਪੰਥ ਦਾ ਪਿਆਰ ਲਿਖਦੇ, ਮੇਰੀ ਤੇਗ ਤੇ ਲਿਖਦੇ ਜ਼ਫਰਨਾਮਾ, ਮੇਰੀ ਢਾਲ ਤੇ ਚੰਡੀ ਦੀ ਵਾਰ ਲਿਖਦੇ। ਅਣਖੋ ਸੱਖਣੇ ਦਿਲਾਂ ਦੇ ਕਾਗਜ਼ਾਂ ਤੇ ਚੜ੍ਹਦੀ ਕਲਾ ਦੇ ਅੱਖਰ ਚਾਰ ਲਿਖਦੇ। ਸਾਜਨ ਵਾਸਤਾ ਏ ਕੌਮ ਦੇ ਨਾਮ ਉੱਤੇ, ਇੱਕ ਹੋਰ ਤੂੰ ਜੀਤ ਜੁਝਾਰ ਲਿਖਦੇ। ਉਹ ਕਬੱਡੀ ਕਿਹਨੂੰ ਵਧੀਆ ਲੱਗੀ, ਇੱਕ ਨਾ ਵੱਡੀ ਸਾਰੀ ਤਾੜੀ ਮਾਰ ਕੇ ਦੱਸੋ ਮਾਝੇ ਵਾਲੋ। ਅੱਜ ਕਬੱਡੀ ਦਾ ਮਹਾਂ ਕੇਵਲ ਸਿੰਘ ਜੀ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਹੁਤ ਸਾਰੀਆਂ ਵਧਾਈਆਂ ਤੇ ਧੰਨਵਾਦ। ਗੁਰਪ੍ਰੀਤ ਜੀ ਵਧਾਈਆਂ, ਸ਼੍ਰੋਮਣੀ ਕਮੇਟੀ ਦੀ ਟੀਮ ਜੇਤੂ ਰਹੀ ਹੈ। ਬੁੱਢਾ ਕਲੱਬ ਰਮਦਾਸ ਵਰਸਜ ਊੜਾ ਕੋਨਾ, ਭਾਈ ਮਨਜੀਤ ਸਿੰਘ ਜੀ ਦੀ ਟੀਮ ਖੇਡੇਗੀ ਹੁਣ ਊੜਾ ਕੋਨਾ ਦੀ। ਅਗਲਾ ਮੈਚ ਚੁੰਗ ਬੂਰੀਆਂ ਜਿਨ੍ਹਾਂ ਨੇ ਡੰਡ ਕੱਢੇ, ਸੋਨੂੰ ਸਰਦਾਰ ਮਨਜਿੰਦਰ ਸਿੰਘ ਜੀ ਲਹਿਰੀ ਝਵਾਲ ਤੋਂ ਵੱਡੇ ਮਾਣ ਪੁੱਜਦੇ ਕੀਤੇ ਹੈ। ਸੋਨੂੰ ਚੀਮਾ ਮੋਨੂ ਚੀਮਾ ਜੀ, ਮੋਨੂ ਚੀਮਾ, ਉਹਨਾਂ ਵੱਲੋਂ ਵੱਡੇ ਪਿਆਰ ਪੁੱਜੇ। ਸਰਦਾਰ ਗੁਰਵੇਸ ਸਿੰਘ ਜੀ ਸਰਪੰਚ ਘੁਰਕਵਿੰਡ, ਉਹਨਾਂ ਵੱਲੋਂ ਵੱਡੇ ਸਤਿਕਾਰ ਪੁੱਜੇ ਹੈ। ਟੀਮਾਂ ਦੋਨੋਂ ਖੇਡ ਮੈਦਾਨ 'ਚ ਬਿਲਕੁਲ ਤਿਆਰ ਵਰ ਤਿਆਰ ਹੈ। ਚੁੰਗ ਬੂਰੀਆਂ ਜਿਨ੍ਹਾਂ ਨੇ ਡੰਡ ਕੱਢੇ, ਮੱਲ ਨਿੱਤਰੇ ਅੱਜ ਮੈਦਾਨ ਅੰਦਰ। ਜਿੱਤ ਹਾਰ ਤਾਂ ਹੱਥ ਪਰਮਾਤਮਾ ਦੇ, ਦਿਲ ਖੇਡਣ ਦਾ ਹੋਣਾ ਚਾਹੀਦਾ ਜ਼ਰੂਰ। ਇਨਸਾਨ ਅੰਦਰ ਜਿੱਤਣ ਜਿੱਤਣ ਕਰਦਾ ਰਹਿੰਦਾ, ਕਦੇ ਹਾਰਨ ਸਿੱਖ ਸਰੀਰਾ, ਜਿੱਤਣ ਦਾ ਮੁੱਲ ਕੌਡੀ ਪੈਂਦਾ, ਹਾਰਨ ਦਾ ਮੁੱਲ ਹੀਰਾ। ਜੇ ਤਾਂ ਪਲੇਅਰ ਵਧੀਆ ਪੁੱਜੇ ਤਾਂ ਵੀ ਇੱਕ ਨਾ ਜ਼ੋਰਦਾਰ ਤਾੜੀ ਮਾਰੋ ਦਰਸ਼ਕ ਵੀਰੋ। ਸੁੱਗਾ ਕਿੱਥੇ ਆ ਸੁੱਗੇ? ਹਾਂਜੀ ਗੋਚਰ ਸਾਹਿਬ, ਆ ਥੱਲੇ ਜਰਾ ਗੱਲ ਸੁਣ ਮੇਰੀ। ਮੈਂ ਥੱਲੇ ਹਾਂ ਜੀ, ਗਰਾਊਂਡ ਦੇ ਵਿੱਚ। ਫਿਰ ਲੈ ਪਹਿਲਾਂ ਮੈਚ ਹੁਣ ਕਰਾ। ਠੀਕ ਹੈ ਜੀ, ਮੈਂ ਜਿਹੜਾ ਸ਼ੁਰੂਆਤ ਕਰਾਵਾਂਗਾ। ਦਿਲਬਾਗ ਸਿੰਘ ਜੀ ਨੂੰ ਬੇਨਤੀ ਹੈ, ਦੋਨੋਂ ਟੀਮਾਂ ਬਿਲਕੁਲ ਖੇਡ ਬਰ ਖੇਡ ਬਣਾ ਜਰਾ। ਹੈਲੋ ਸੁੱਗੇ, ਜਰਾ ਤਾਲਮੇਲ ਨਾਲ ਚੱਲਣਾ ਹੈ। ਇਹ ਮੇਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਲਾਉਂਦੀ ਹੈ, ਤੋ ਪਹਿਲੀ ਵਾਰ ਤੋਂ ਆਇਆ ਮੇਰੇ ਵੀਰੇ, ਜਰਾ ਥੋੜਾ ਜਿਹਾ ਤਾਲਮੇਲ ਦੇ ਨਾਲ ਟੀਮਾਂ ਲਾਈਨ ਅਪ ਕਰਾਓ ਜੀ। ਰੈਫਰੀ ਸਾਹਿਬ, ਚੀਮਾ ਸਾਹਿਬ।